ਇਹ ਬਣਾਉਣ ਦਾ ਖਿਆਲ ਮੇਰਾ ਮੈਂ ਇੱਥੇ ਪਿੰਡ ਪਟਵਾਰੀ ਕੋਲ ਗਿਆ ਸੀਗਾ ਕਿ ਮੈਨੂੰ ਆਪਦੀ ਜ਼ਮੀਨ ਦਾ ਨਕਸ਼ਾ ਚਾਹੀਦਾ ਹੈ ਉਹਦੀ ਸਾਰੀ ਡਿਟੇਲ ਚਾਹੀਦੀ ਹੈ ਉਸਨੇ ਮੈਨੂੰ ਕਾਫੀ ਖੱਜਲ ਖੁਆਰ ਕੀਤਾ ਅਤੇ ਮੈਂ ਸੋਚਿਆ ਵੀ ਮੈਂ ਇੱਥੋਂ ਅਮਰੀਕਾ ਚਲਿਆ ਗਿਆ ਜਦੋਂ ਤਾਂ ਮੈਂ ਬੱਚਿਆਂ ਨਾਲ ਗੱਲ ਕੀਤੀ ਵੀ ਇਹ ਨਕਸ਼ਾ ਆਪਾਂ ਕਿਉਂ ਨਹੀਂ ਬਣਾ ਸਕਦੇ ਇੱਕ ਜਦੋਂ ਤੁਸੀਂ ਫੋਟੋ 'ਤੇ ਚਲੇ ਜਾਂਦੇ ਹੋ ਤਾਂ ਤੁਹਾਨੂੰ ਉਹਦੇ ਉੱਤੇ ਸਾਰਾ ਆਪਣਾ ਖੇਤ ਵੀ ਦਿਸੂਗਾ ਕਿ ਆਹ ਮੇਰਾ ਖੇਤ ਹੈ ਆਹ ਫਲਾਂ ਮੇਰੇ ਦਰਖਤ ਹੈ ਜਾਂ ਹੋਰ ਆ ਮੇਰਾ ਘਰ ਹੈ ਇਹਦੇ ਉੱਤੇ ਸਾਰਾ ਤੁਹਾਨੂੰ ਦਿਸੂਗਾ ਕਿੰਨੇ ਖੂਹ ਸਨ ਕਿੰਨੇ ਰਸਤੇ ਸਨ ਕਿੰਨੇ ਫੁੱਟ ਚੌੜੇ ਸੀ ਇਹ ਸਾਰੀ ਨੌਲੇਜ ਸਾਨੂੰ ਉਸ ਨਕਸ਼ੇ ਤੋਂ ਮਿਲਦੀ ਹੈ ਜਿਹੜਾ ਕਿ ਉਹਨਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਪਿੰਡ ਵਾਸੀਆਂ ਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਮੈਂ ਤਾਂ ਸਮੁੱਚੇ ਨਗਰ ਵੱਲੋਂ ਸਰਤਾਰ ਮੁਖਤਿਆਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਆਪ ਵਿਦੇਸ਼ ਰਹਿੰਦੇ ਹੋਏ ਵੀ ਪਿੰਡ ਦੇ ਸਾਂਝੇ ਕੰਮਾਂ 'ਚ ਹਿੱਸਾ ਲੈਂਦੇ ਹੈ ਅਤੇ ਇਹੋ ਜਿਹੀ ਇੱਕ ਵਧੀਆ ਐਟਮ ਜੋ ਨਕਸ਼ੇ ਦੇ ਰੂਪ ਵਿੱਚ ਗੁਰੂ ਘਰ ਲਾਈ ਹੈ ਇਹ ਪਿੰਡ ਲਈ ਬਹੁਤ ਫਾਇਦੇਮੰਦ ਹੈ ਅਗਰ ਅਸੀਂ ਤੁਸੀਂ ਇਹ ਚੀਜ਼ ਨੂੰ ਬੱਚੇ ਸਿੱਖ ਲੈਣ ਸਾਨੂੰ ਰੌਲਾ ਨਹੀਂ ਬਾਹਰ ਨਹੀਂ ਜਾਣਾ ਪਊਗਾ ਤੁਸੀਂ ਆਪਣੇ ਆਪ ਆਪਦਾ ਰਕਬਾ ਤੁਸੀਂ ਘਰ ਬੈਠੇ ਮਿਣ ਸਕਦੇ ਹੋ ਇਹਦੀ ਬਹੁਤ ਖਾਸੀਅਤ ਹੈ ਬਾਕੀ ਤਕਰੀਬਨ ਮੈਂ ਤਾਂ ਇਹਨੂੰ ਜਿਸ ਤਰ੍ਹਾਂ ਕਿ ਸਮਝਦਾ ਕਿ ਇਹ ਤੁਹਾਨੂੰ ਪਟਵਾਰੀ ਉਹਨਾਂ ਚੀਜ਼ ਨਹੀਂ ਦੱਸੂਗਾ ਜਿੰਨਾ ਕਿ ਤੁਸੀਂ ਇਹਦੇ ਉੱਤੋਂ ਆਪ ਸਿੱਖ ਲਓ ਇਹਦੀ ਖਾਸੀਅਤ ਇਹ ਹੈ ਜੀ ਮੈਂ ਇਹਦੇ ਉੱਤੇ ਰਕਬਾ ਲਿਖਿਆ ਹੋਇਆ ਸਾਰਾ ਪਿੰਡ ਦਾ ਜਿਹੜਾ ਹੈਗਾ 4487 ਏਕੜ ਜੋ ਵੀ ਰੈੱਡ ਲਾਈਨਾਂ ਵੱਜੀਆਂ ਹੋਈਆਂ ਉਹ ਸਾਰਾ ਰਾਹ ਨੂੰ ਦਿਖਾਉਂਦੀਆਂ ਤੁਹਾਡੀ ਸੜਕ ਨੂੰ ਦਿਖਾਉਂਦੀਆਂ ਪਹੀ ਦਿਖਾਉਂਦੀਆਂ ਜੋ ਨੀਲੇ ਦੇ ਵਿੱਚ ਆ ਗਿਆ ਉਹ ਪਾਣੀ ਦਾ ਹੈਗਾ ਤੁਹਾਡਾ ਖਾਲ ਅਤੇ ਤੁਹਾਡਾ ਸੂਹਾ ਤੁਹਾਡੀ ਨਹਿਰ ਇਹ ਚੀਜ਼ ਨੂੰ ਉਹ ਸਾਰੇ ਦਿਖਾਉਂਦੇ ਆ ਬਾਕੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮਸਤੀ ਰਹੇ 25 ਦੀ ਹੁੰਦੀ ਹੈ 25 ਏਕੜ ਕਦੋਂ ਵੀ ਤੁਸੀਂ ਚੱਲੋ ਇੱਕ ਤੋਂ ਗਿਣ ਤਾਈਂ 25 ਤਾਈਂ ਉਹ ਤੁਹਾਡਾ ਮੁਰੱਬਾ ਹੋ ਜਾਂਦਾ ਕਈ ਦਫ਼ਾ ਜਿਹੜੇ ਸਾਈਡ 'ਤੇ ਮੁਰੱਬੇ ਚਲੇ ਜਾਂਦੇ ਉਹਨਾਂ ਦੀ ਘੱਟਦੀ ਵੱਧਦੀ ਜ਼ਮੀਨ ਰਹਿੰਦੀ ਹੈ ਅਦਰਵਾਈਜ਼ ਵਿਚਾਲੇ ਆ ਗਈ ਤਾਂ ਤੁਹਾਡਾ ਪੂਰਾ ਹੋ ਜਾਂਦਾ ਹਾਂ ਕੁਛ ਰਕਬਾ ਤੁਹਾਡਾ ਖਾਲਾਂ 'ਚ ਕੱਟਿਆ ਜਾਂਦਾ ਕੁਛ ਜਾਂ ਉਹ ਤਕਰੀਬਨ ਸਾਰਾ ਮੇਰਾ ਲਿਖਿਆ ਹੋਇਆ ਅਗਰ ਉਹਦੇ ਨਾਲ ਕਰਕੇ 1:2 ਬਟਾ ਲਿਖਿਆ 1 ਅਤੇ 1 ਲਿਖਿਆ 15:1 15:2 ਤਾਂ ਉਸ ਕਿੱਲੇ ਦੇ ਦੋ ਹਿੱਸੇ ਆ ਔਰ ਉਹ ਸਾਰੇ ਲਿਖੇ ਹੋਏ ਨੇ ਕਿ ਇਹਦੇ ਕੋਲ ਜੇ ਫਰਜ਼ ਕਰੋ ਵੀ 10 ਕਰਮ ਹੈ ਤਾਂ ਦੂਸਰੇ ਕੋਲ 30 ਚਲੇ ਗਿਆ ਉਹ ਤੁਸੀਂ ਥੋੜ੍ਹਾ ਜਿਹਾ ਤੁਹਾਨੂੰ ਇਸ ਚੀਜ਼ਾਂ 'ਤੇ ਬਾਕੀ ਰੈੱਡ ਦੇ ਵਿੱਚ ਜਿਹੜਾ ਥੋੜ੍ਹਾ ਵੱਡਾ ਇਕੱਲੀ ਲਾਈਨ ਆਉਂਦੀ ਹੈ ਲਾਈਨ 'ਤੇ ਸਰਕਲ ਆਉਂਦਾ ਉਹ ਤੁਹਾਡੇ ਖੂਹ ਨੇ ਖੂਹ ਦਾ ਏਰੀਆ ਹੈਗਾ ਕਿੰਨਾ ਖੂਹ ਦੇ ਵਿੱਚ ਆਉਂਦਾ ਜੇ ਤੁਸੀਂ ਬਹੁਤ ਗੌਰ ਨਾਲ ਦੇਖੋ ਕਿ ਤੁਹਾਡੀ ਜ਼ਮੀਨ ਦੇ ਵਿੱਚ ਕੀ ਕਹਿੰਦੇ ਆ ਉਹਨੂੰ ਜਮਦਾ ਮਾਰਕਣ ਜਾਂ ਕੁਛ ਵੀ ਹੈਗਾ ਉਹ ਮੈਂ ਥੋੜ੍ਹੀ ਜਿਹੀ ਇੱਕ ਡਾਟ ਪਾ ਕੇ ਅਤੇ ਉਹਦੇ ਉੱਤੇ ਨੰਬਰ ਪਾਏ ਆ ਵੀ ਇਹ ਭਾਈ ਸਾਡੀ ਜਮਦਾ ਮਾਲਕਣ ਇਹ ਕਿੱਲੇ ਦੇ ਵਿੱਚ ਇੰਨੀ ਆਉਂਦੀ ਹੈ ਸੋ ਸਾਡੀ ਮੇਰੇ ਹਿਸਾਬ ਨਾਲ ਪਿੰਡ ਦੀ ਜਿਹੜੀ ਜਮਦਾ ਮਾਲਕਣ ਹੈ ਸਾਰੀ 33 ਏਕੜ ਤੋਂ ਕੁਛ ਇੱਥੇ ਜੀ ਹੈਗੇ ਅਸੀਂ ਜ਼ਮੀਨ ਤਕਰੀਬਨ ਮੈਨੂੰ ਜੇ ਤੁਸੀਂ ਸਾਰਾ ਮੈਂ ਇਹਦਾ ਖਾਕਾ ਦੱਸਾਂ ਤਾਂ ਇਹਨੂੰ ਮੈਂ 10 ਸਾਲ ਹੋ ਗਏ ਆ ਇਸ ਕੰਮ ਦੇ ਇਹ ਸਟਾਰਟਿੰਗ ਤੋਂ ਲੈ ਕੇ ਜਦ ਤੋਂ ਮੁਰੱਬਾਬੰਦੀ ਬਣੀ ਹੈ ਇਹ ਨਕਸ਼ਾ ਇਸੇ ਤਰ੍ਹਾਂ ਹੀ ਹੈ ਔਰ ਜਦ ਤਾਈਂ ਦੁਬਾਰਾ ਮੁਰੱਬੇਬੰਦੀ ਨਹੀਂ ਹੁੰਦੀ ਇਹ ਇਸੇ ਤਰ੍ਹਾਂ ਹੀ ਚੱਲੂਗਾ ਇਹਦੇ ਵਿੱਚ ਤੁਸੀਂ ਕੋਈ ਚੇਂਜ ਨਹੀਂ ਕਰ ਸਕਦੇ ਇਸ ਦੇ ਵਿੱਚ ਮੈਂ ਦੱਸ ਦਿੰਦਾ ਕਿ ਜਿਹੜੀਆਂ ਪੁਰਾਣੀਆਂ ਪਹੀਆਂ ਨੇ ਉਹ ਇਸੇ ਤਰ੍ਹਾਂ ਹੀ ਲੱਗੀਆਂ ਵੀ ਹੁਣ ਅਸੀਂ ਤਕਰੀਬਨ ਸਾਰਿਆਂ ਨੇ ਹੀ ਪਹੀਆਂ ਪਾਸੇ ਆਸੇ ਕਰ ਲਈਆਂ ਹੈਗੀਆਂ ਸਿੱਧੀਆਂ ਕਰ ਲਈਆਂ ਈਵਨ ਖਾਲ ਵੀ ਅਸੀਂ ਸਿੱਧੇ ਕਰ ਲਏ ਆ ਪਰ ਇਹ ਨਕਸ਼ੇ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਮੁਰੱਬੇਬੰਦੀ ਵੇਲੇ ਸੀ ਉਸੇ ਤਰ੍ਹਾਂ ਹੀ ਰਹੂ ਪਿੰਡਾਂ ਦੀ ਬਹੁ ਗਿਣਤੀ ਕਿਸਾਨੀ ਨਾਲ ਸੰਬੰਧਿਤ ਹੈ ਪਰੰਤੂ ਜਦ ਕਿਸਾਨ ਭਰਾ ਨੂੰ ਕਿਸੇ ਨੂੰ ਆਪਣੇ ਜ਼ਮੀਨ ਦੇ ਰਿਕਾਰਡ ਦੀ ਜ਼ਰੂਰਤ ਪੈਂਦੀ ਸੀ ਤਾਂ ਉਸ ਨੂੰ ਪਿੰਡ ਦੇ 2-4 ਮੋਹਤਵਾਰ ਬੰਦੇ ਹੁੰਦੇ ਆ ਉਹਨਾਂ ਕੋਲ ਜਾਣਾ ਪੈਂਦਾ ਸੀ ਪਰੰਤੂ ਉਹਨਾਂ ਕੋਲ ਕਈ ਵਾਰੀ ਗੇੜੇ ਮਾਰਨੇ ਪੈਂਦੇ ਉਹ ਨਹੀਂ ਸਨ ਮਿਲਦੇ ਫਿਰ ਪਟਵਾਰੀ ਕੋਲ ਜਾਂਦੇ ਸੀ ਪਟਵਾਰੀ ਕੋਲ ਨਕਸ਼ਾ ਨਹੀਂ ਸੀ ਹੁੰਦਾ ਜਾਂ ਕਾਨੂੰਗੋ ਕੋਲ ਜਾਂਦੇ ਸੀ ਉਹਨਾਂ ਕੋਲ ਵੀ ਟਾਈਮ ਲੱਗਦਾ ਸੀ ਕਈ ਵਾਰੀ ਉਹ ਛੁੱਟੀ 'ਤੇ ਹੁੰਦੇ ਸੀ ਜਾਂ ਨਕਸ਼ਾ ਨਹੀਂ ਸੀ ਆਉਂਦਾ ਜਾਂ ਪੜ੍ਹਨਾ ਨਹੀਂ ਸੀ ਆਉਂਦਾ ਦੇਖਣਾ ਨਹੀਂ ਸੀ ਆਉਂਦਾ ਸੋ ਸਰਦਾਰ ਮੁਖਤਿਆਰ ਸਿੰਘ ਸੇਖੋਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਨਹੀਂ ਤਾਂ ਕੱਪੜੇ 'ਤੇ ਨਕਸ਼ੇ ਹੁੰਦੇ ਸੀ ਜਿਹੜੇ ਪੜ੍ਹੇ ਨਹੀਂ ਜਾਂਦੇ ਡਿਜੀਟਲ ਨਕਸ਼ਾ ਉਹ ਅਤੇ ਜਿਸ ਤੋਂ ਮਤਲਬ ਪਿੰਡ ਦੇ ਨੌਜਵਾਨ ਪਿੰਡ ਦੇ ਕਿਸਾਨ ਆਪਣੇ ਜ਼ਮੀਨ ਦੇ ਨੰਬਰ ਅਤੇ ਆਪਣੀ ਪੈਲੀ ਦਾ ਕਿੱਲਾ ਨੰਬਰ
ਕਿੱਥੇ ਸਾਡੇ ਇਸ ਪਹਿਲਾਂ ਕਿੰਨੇ ਖੂਹ ਸਨ, ਕਿੰਨੇ ਰਸਤੇ ਸਨ, ਕਿੰਨੇ ਫੁੱਟ ਚੌੜੇ ਸੀ, ਇਹ ਸਾਰੀ ਨੌਲੇਜ ਸਾਨੂੰ ਉਸ ਨਕਸ਼ੇ ਤੋਂ ਮਿਲਦੀ ਹੈ ਜਿਹੜਾ ਕਿ ਉਹਨਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤਾ ਅਤੇ ਪਿੰਡ ਦੇ ਲੋਕ ਬੜੀ ਉਤਸੁਕਤਾ ਦੇ ਨਾਲ ਉਸ ਨਕਸ਼ੇ ਨੂੰ ਵੇਖਦੇ ਆ ਜੀ। ਪਿੰਡ ਵਾਸੀਆਂ ਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ। ਮੈਂ ਤਾਂ ਸਮੁੱਚੇ ਨਗਰ ਵੱਲੋਂ ਸਰਤਾਰ ਮੁਖਤਿਆਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਆਪ ਵਿਦੇਸ਼ ਰਹਿੰਦੇ ਹੋਏ ਵੀ ਪਿੰਡ ਦੇ ਸਾਂਝੇ ਕੰਮਾਂ 'ਚ ਹਿੱਸਾ ਲੈਂਦੇ ਹੈ ਅਤੇ ਇਹੋ ਜਿਹੀ ਇੱਕ ਵਧੀਆ ਆਈਟਮ ਜੋ ਨਕਸ਼ੇ ਦੇ ਰੂਪ ਵਿੱਚ ਗੁਰੂ ਘਰ ਲਾਈ ਹੈ ਇਹ ਪਿੰਡ ਲਈ ਬਹੁਤ ਫਾਇਦੇਮੰਦ ਹੈ। ਇਹ ਮੈਪ ਜਿਹੜਾ ਹੈਗਾ ਅਗਰ ਇਹਨੂੰ ਸਮਾਰ ਕੇ ਤੁਸੀਂ ਧਿਆਨ ਨਾਲ ਸੁਣੋ ਜਾਂ ਦੇਖੋ ਇੰਟਰਨੈੱਟ ਦੇ ਉੱਤੇ ਦੋ ਤਰ੍ਹਾਂ ਦੇਖਿਆ ਜਾ ਸਕਦਾ ਹੈਗਾ। ਇੱਕ ਪਲੇਨ ਜਿਹਦੇ ਉੱਤੋਂ ਤੁਹਾਨੂੰ ਸਾਰਾ ਸਾਫ ਦਿਖਦਾ ਹੈਗਾ, ਇੱਕ ਜਦੋਂ ਤੁਸੀਂ ਫੋਟੋ 'ਤੇ ਚਲੇ ਜਾਂਦੇ ਹੋ ਤਾਂ ਤੁਹਾਨੂੰ ਉਹਦੇ ਉੱਤੇ ਸਾਰਾ ਆਪਣਾ ਖੇਤ ਵੀ ਦਿਸੂਗਾ ਕਿ ਆ ਮੇਰਾ ਖੇਤ ਹੈ, ਆਪਣਾ ਮੇਰੇ ਦਰਖਤ ਹੈ ਜਾਂ ਹੋਰ ਆ ਮੇਰਾ ਘਰ ਹੈ, ਇਹਦੇ ਉੱਤੇ ਸਾਰਾ ਤੁਹਾਨੂੰ ਦਿਸੂਗਾ। ਇਹ ਬਣਾਉਣ ਦਾ ਖਿਆਲ ਮੇਰਾ, ਮੈਂ ਇੱਥੇ ਪਿੰਡ ਪਟਵਾਰੀ ਕੋਲ ਗਿਆ ਸੀਗਾ ਕਿ ਮੈਨੂੰ ਆਪਦੀ ਜ਼ਮੀਨ ਦਾ ਨਕਸ਼ਾ ਚਾਹੀਦਾ ਹੈ, ਉਹਦੀ ਸਾਰੀ ਡਿਟੇਲ ਚਾਹੀਦੀ ਹੈ। ਉਸਨੇ ਮੈਨੂੰ ਕਾਫੀ ਖੱਜਲ ਖੁਆਰ ਕੀਤਾ ਅਤੇ ਮੈਂ ਸੋਚਿਆ ਵੀ ਮੈਂ ਇੱਥੋਂ ਅਮਰੀਕਾ ਚਲਿਆ ਗਿਆ ਜਦੋਂ ਤਾਂ ਮੈਂ ਬੱਚਿਆਂ ਨਾਲ ਗੱਲ ਕੀਤੀ ਵੀ ਇਹ ਨਕਸ਼ਾ ਆਪਾਂ ਕਿਉਂ ਨਹੀਂ ਬਣਾ ਸਕਦੇ। ਸੋ ਮੇਰੇ ਛੋਟੇ ਲੜਕਾ ਉਹ ਕਾਫੀ ਹੁਸ਼ਿਆਰ ਹੈ ਇਸ ਚੀਜ਼ਾਂ ਵਾਸਤੇ, ਉਸਨੇ ਵੈਬਸਾਈਟ ਦੀ ਖੋਜ ਕੀਤੀ ਕਿ ਬਾਜੀ ਤੁਸੀਂ ਖਾਲੀ ਤੋਂ ਹੈਗੇ ਵੀ ਇਹਨੂੰ ਬਣਾਓ। ਪਹਿਲਾਂ ਮੈਂ ਆਪਣਾ ਨਕਸ਼ਾ ਬਣਾਉਣ ਦੀ ਕੋਸ਼ਿਸ਼ ਕੀਤੀ, ਮੈਂ ਉੱਥੇ ਇੰਜੀਨੀਅਰਾਂ ਨੂੰ ਵੀ ਮਿਲਿਆ ਜਿਹੜੇ ਮੇਰੇ ਦੋਸਤ ਸੀਗੇ ਵੀ ਮੈਨੂੰ ਸਿਖਾਇਆ ਜਾਵੇ, ਪਰ ਉੱਥੇ ਉਹਨਾਂ ਨੂੰ ਕਿਸੇ ਨੂੰ ਸਮਝ ਨਹੀਂ ਆਈ ਹੈ। ਹੌਲੀ ਹੌਲੀ ਮੈਂ ਇਹਦੇ ਵਿੱਚ ਸਟੱਡੀ ਕਰਦਾ ਗਿਆ ਅਤੇ ਇਹਨੂੰ ਮੈਨੂੰ ਕਾਫੀ ਟਾਈਮ ਲੱਗਿਆ ਇਹਦੇ ਵਾਸਤੇ ਅਤੇ ਇਸ ਟਾਈਮ ਦੇ ਉੱਤੇ ਮੈਂ ਆਹ ਜਿਹੜਾ ਨਕਸ਼ਾ ਬਣਾਇਆ ਇਹ ਸਾਰੇ ਪਿੰਡ ਦਾ ਇੱਕੋ ਹੀ ਡਿਜ਼ਾਇਨ ਦੇ ਵਿੱਚ ਮੇਰੇ ਕੋਲ ਬਣਾਇਆ ਪਿਆ ਹੈਗਾ। ਸੋ ਇਹਦਾ ਜ਼ਿਆਦਾ ਫਾਇਦਾ ਕੀ ਹੈ ਕਿ ਮੈਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਲਵਾਇਆ ਕਿ ਸਾਡੇ ਪਿੰਡ ਦਾ ਅਗਰ ਮੈਂ ਇੰਨਾ ਪੜ੍ਹਿਆ ਲਿਖਿਆ ਔਰ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਨੂੰ ਇਹਨਾਂ ਲੋਕਾਂ ਨੇ ਖੱਜਲ ਖੁਆਰ ਕੀਤਾ, ਸਾਡੇ ਹਰੇਕ ਕਿਸਾਨ ਨੂੰ ਇਹ ਦੇਖਣਾ ਚਾਹੀਦਾ, ਇਹਦੇ ਬਾਰੇ ਸਿੱਖਣਾ ਚਾਹੀਦਾ। ਇਹ ਜੋ ਨਕਸ਼ਾ ਸਰਦਾਰ ਮੁਖਤਿਆਰ ਸਿੰਘ ਸੇਖੋਂ ਉਹਨਾਂ ਦੇ ਨਾਲ ਸਾਡੇ ਪਿੰਡ ਦੇ ਮੱਖਣ ਬਾਬਾ ਜੀ ਅਤੇ ਬਲਜਿੰਦਰ ਸਿੰਘ ਸੇਖੋਂ ਦੀ ਟੀਮ ਨੇ ਬਣਾਇਆ ਹੈਗਾ, ਇਹ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਗਾ। ਪਹਿਲਾਂ ਵੀ ਲਗਾਤਾਰ ਪਿੰਡ ਦੇ ਸਾਂਝੇ ਕੰਮਾਂ ਵਿੱਚ ਇਹ ਹਿੱਸਾ ਲੈਂਦੇ ਰਹਿੰਦੇ ਨੇ। ਇਹ ਜਿਹੜਾ ਨਕਸ਼ਾ ਜੋ ਆਮ ਕਿਸਾਨੀ ਹੈਗੀ ਉਹਦੇ ਵਾਸਤੇ ਬਹੁਤ ਫਾਇਦੇਮੰਦ ਹੈ। ਜਿਵੇਂ ਪਹਿਲਾਂ ਸਰਦਾਰ ਮੁਖਤਿਆਰ ਸਿੰਘ ਜੀ ਦੱਸ ਰਹੇ ਸੀ ਇਹਦਾ ਲਾਭ ਪਿੰਡ ਵਾਲਿਆਂ ਨੇ ਕਿੰਨਾ ਲੈਣਾ ਇਹ ਉਹਨਾਂ 'ਤੇ ਨਿਰਭਰ ਕਰਦਾ। ਉਹ ਲਗਾਤਾਰ ਇੱਥੇ ਆਉਣ, ਉਹ ਜਦੋਂ 2 ਮਹੀਨੇ ਇੱਥੇ ਗਏ ਉਹਨਾਂ ਤੋਂ ਸਿੱਖ ਲੈਣ ਤਾਂ ਸਾਨੂੰ ਵਾਰ ਵਾਰ ਮਾਲ ਮਹਿਕਮੇ ਦੇ ਪਟਵਾਰੀਆਂ ਕੋਲ ਖੱਜਲ ਖੁਆਰ ਨਾ ਹੋਣਾ ਪਵੇ, ਜਾਂ ਨਿੱਕੀ ਨਿੱਕੀ ਗੱਲ 'ਤੇ ਸਾਨੂੰ ਆਪਣੇ ਜ਼ਮੀਨ ਦੇ ਰਿਕਾਰਡ ਬਾਰੇ ਪਤਾ ਨਹੀਂ ਹੁੰਦਾ, ਉਹ ਸਾਨੂੰ ਉਲਝਾ ਕੇ ਗਲਤ ਕੁਛ ਨਹੀਂ ਕਰਦੇ ਕਿਉਂਕਿ ਨੌਕਰੀ ਦਾ ਮਾਮਲਾ ਹੁੰਦਾ, ਉਹ ਸਾਨੂੰ ਉਲਝਾ ਕੇ ਇਸ ਗੱਲ ਦੀ ਸਾਤੋਂ ਪੈਸੇ ਲੈ ਕੇ ਵੀ ਐਂ ਤਰ੍ਹਾਂ ਠੀਕ ਕਰ ਦਿਆਂਗੇ ਤਾਂ ਉਹ ਕਿਸਾਨੀ ਦੀ ਲੁੱਟ ਕਰਦੇ ਆ। ਇਹਦਾ ਨਕਸ਼ਾ ਗਾ ਪਿੰਡ ਦੇ ਕਿਸਾਨਾਂ ਵਾਸਤੇ ਆਮ ਲੋਕਾਂ ਦੀ ਜਾਣਕਾਰੀ ਲਈ ਬਹੁਤ ਵਧੀਆ ਚੀਜ਼ ਹੈਗੀ।